ਸਮਾਜ ਸੇਵੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਜੀ ਨੂੰ ਤਲਵੰਡੀ ਸਾਬੋ ਤੋਂ ਟਿਕਟ ਨਾਲ ਨਿਵਾਜਿਆ ਹੈ। ਅਸੀਂ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਜੀ ਨਾਲ ਪਹਿਲਾਂ ਤੋਂ ਵੀ ਖੜ੍ਹੇ ਹਾਂ ਅਤੇ ਅੱਗੇ ਵੀ ਪੂਰਾ ਜ਼ੋਰ ਲਾ ਕੇ ਬਾਈ ਜੀ ਨੂੰ ਹਲਕਾ ਤਲਵੰਡੀ ਸਾਬੋ ਤੋਂ ਵੱਡੇ ਫਾਸਲੇ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ। ਅਸੀਂ ਬਾਈ ਜੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਹਲਕੇ ਦੇ ਵਿੱਚ ਪਹਿਲਾਂ ਵੀ ਵਿਕਾਸ ਦੇ ਕੰਮ ਜੋ ਅੱਜ ਤੱਕ ਕਦੇ ਹੋਏ ਹੀ ਨਹੀਂ ਸੀ। ਬਾਈ ਜੀ ਨੇ ਪਿਛਲੇ 5 ਸਾਲਾਂ ਦੇ ਵਿੱਚ MLA ਨਾ ਹੋਣ ਦੇ ਬਾਵਜੂਦ ਵੀ MLA ਤੋਂ ਜ਼ਿਆਦਾ ਕੰਮ ਕੀਤੇ ਅਤੇ ਬਾਈ ਜੀ ਦੇ ਇਸੇ ਕੰਮਾਂ ਕਰਕੇ ਅਸੀਂ ਬਾਈ ਜੀ ਦੇ ਨਾਲ ਖੜ੍ਹੇ ਹਾਂ ਪਹਿਲਾਂ ਤੋਂ ਅਤੇ ਹੁਣ ਵੀ ਪੂਰਾ ਜ਼ੋਰ ਲਾ ਕੇ ਬਾਈ ਜੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ। ਅਸੀਂ ਇੱਕ ਵਾਰ ਫਿਰ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਸਿੰਘ ਮੈਡੂਆਣਾ, ਚੇਅਰਮੈਨ PD ਬੈਂਕ ਤਲਵੰਡੀ ਸਾਬੋ, ਸਮੁੱਚੀ ਹਾਈ ਕਮਾਂਡ ਦਾ ਮੈਂ ਬਹੁਤ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੇ ਹਲਕੇ ਦੇ ਮੁੱਖ ਸੇਵਾਦਾਰ ਦੀ ਮਿਹਨਤ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਹੋਇਆ। ਸਾਡੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਅੱਜ ਅਸੀਂ ਕੁਝ ਮੀਟਿੰਗਾਂ ਕਰਨ ਵਾਸਤੇ ਨਗਰ ਸਿੰਘੋ ਦੇ ਵਿੱਚ ਸਰਦਾਰ ਬੂਟਾ ਸਿੰਘ ਜੀ ਸਰਪੰਚ ਸਾਹਿਬ, ਮੈਂਬਰ ਸਾਹਿਬਾਨ ਭਾਈ ਡੋਗਰ ਸਿੰਘ ਜੀ, ਗੋਰਾ ਸਿੰਘ ਜੀ ਸਰਾਂ, ਨੰਬਰਦਾਰ ਸਾਹਿਬਾਨ ਇੱਥੇ ਬੈਠੇ ਹੈ। ਅਸੀਂ ਹਾਈ ਕਮਾਂਡ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ੍ਰੀ ਚੌਧਰੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸ਼ਵਾੜ ਸਿੰਘ ਜਟਾਣਾ ਨੂੰ ਟਿਕਟ ਦੇ ਕੇ ਨਿਵਾਜਿਆ। ਅਸੀਂ ਵੱਡੀ ਲੀਡ ਦੇ ਨਾਲ ਹਲਕਾ ਤਲਵੰਡੀ ਸਾਬੋ ਤੋਂ ਸਰਦਾਰ ਕਿਸ਼ਵਾੜ ਸਿੰਘ ਜਟਾਣਾ ਨੂੰ ਜੇਤੂ ਕਰਾ ਦੇਵਾਂਗੇ।